जी बिखिया सगली तजी लियो भीख बैराग कहो नानक सुन री मना एह नर माथे भाग जी बिखिया सगली तजी लियो भीख बैराग कहो नानक सुन री मना तेह नर माथे भाग। वाहिगुरु जी का खालसा, वाहिगुरु जी की फतेह। साडे जीवन विच एक तन है अते दूसरा मन है। मन दियां अपनियां लोड़ां ने, तन दियां अपनियां लोड़ां ने। परमेश्वर ने कृपा करके तन वास्ते सानू गुजरान दिता है, मन वास्ते सानू भगवान दिता है। मन नूं टका वास्ते परमेश्वर की याद है, ते तन दे गुजरान वास्ते तन दौलत माया संसारक पदार्थ। मनुख की एक बिरती बन गई, यह सिर्फ शरीरक पद्धर से जीता है, इसलिए इन्हें पदार्थवाद नाल रिश्ता पा लिया, परमार्थ नूं छड़ दिता। कमी उस दिन भी नहीं सी आनी जे ये मालक के चरणों में जुड़ के जीवन गुजारता। हुण धर्म की दुनिया जिहड़ी है, असल में बंदा धर्म की दुनिया च चलो आता है, उदों कुछ तब्दीलियां होंदियां ने, और ये तब्दीलियां अंदरों होनियां चाहीदियां ने। पर बदकिस्मती है, बंदा बाहरों तब्दीलियां कर लैंदा, अंदरों नहीं करता। हालांकि बाहरलियां तब्दीलियां अंदरलियां तब्दीलियां दी ही व्याख्या करनी सी। तब्दील अंदरों हो जाए ते बाहरली तब्दीली भी प्रवान है। बाहरों तो धर्मी असी पहरावा बना लैंदे हैं, पर माफ करियो अंदर का धर्म असी अंदर नहीं तब्दील करते अपना। पावन बाणी के बचन ने बड़े प्यारे, रहत अबर किश अबर कमावत, मन नहीं प्रीत मुखों कंड लावत, जानन हार प्रभु परवीन, बाहर भेख ना काहू पीन, अवर उपदेशै आप ना करे, आवत जावत जन्मे मरे, जिसके अंतर बसे निरंकार, तिसकी सीख तरे संसार। मालक दे घर किते जुड़ जाता है, सच करके जाने हो जेड़ी चीज बाहर रखनी सी वो ये अंदर ले गया, जेड़ी अंदर ले जानी सी वह बाहर रह गई। धर्म अंदर ले जाना सी, धर्म सिर्फ बाहर रह गया। माया बाहर रखनी सी, माया अंदर चले गई, और इतनी अंदर चले गई माया मनो ना विसरे, मंगे दमा दम सो प्रभ चित ना आवई, नानक नहीं करम। नानक नहीं करम का अर्थ है उस मनुख के कर्म चंगे नहीं, भाग चंगे नहीं होते, जिदे अंदर माया है, जिदे बाहर माया है। माया गुजरान है, मैं बार बार बेनती करा, गुरमत ने कदे मना नहीं किया, पर किन्ना चंगा होंदा जे माया गुजरान तक रुक जाती। असी तो माया ईमान बना लिया। कितने चंगे लोग ने जिन्होंने माया की खातर कदे ईमान नहीं त्यागया। असी ईमान की खातर माया त्यागनी सी, मालक के चरणों में कितने जुड़ जाते।
ਇਹ ਨਹੀਂ ਵੀ ਮੇਰੀ ਪ੍ਰਤਿਪਾਦਨਾ ਕਰਨੀ ਔਖੀ ਹੋ ਜਾਏਗੀ, ਨਹੀਂ। ਇਹੋ ਤਾਂ ਧਰਮ ਦੀ ਦੁਨੀਆ ਯਕੀਨ ਦਵਾਉਂਦੀ ਹੈ, ਜਿਹਨੇ ਤੈਨੂੰ ਉਦੋਂ ਵੀ ਪਾਲਿਆ ਜਦੋਂ ਤੂੰ ਆਪਣੇ ਮੂੰਹ ਤੋਂ ਮੱਖੀ ਉਠਾਉਣ ਜੋਗਾ ਵੀ ਨਹੀਂ ਸੀ, ਜਿਹਨੇ ਤੈਨੂੰ ਉਦੋਂ ਪਾਲਿਆ ਤੇਰੇ ਕੋਲ ਹੱਥ ਸਨ ਪਰ ਵਰਤ ਨਹੀਂ ਸੀ ਸਕਦਾ, ਅੱਖਾਂ ਸੀ ਵਰਤ ਨਹੀਂ ਸੀ ਸਕਦਾ, ਜ਼ੁਬਾਨ ਸੀ ਵਰਤ ਨਹੀਂ ਸੀ ਸਕਦਾ, ਪੈਰ ਸਨ ਚੱਲ ਨਹੀਂ ਸੀ ਸਕਦਾ, ਜਿਹਨੇ ਉਦੋਂ ਤੇਰੀ ਪ੍ਰਤਿਪਾਲਨਾ ਕੀਤੀ ਉਹ ਅੱਜ ਕਿਉਂ ਨਾ ਕਰੇਗਾ। ਉਦਮ ਕਰ, ਉਦਮ ਕਰੇਂਦਿਆਂ ਜੀਉ, ਤੂੰ ਕਮਾਉਂਦਿਆਂ ਸੁੱਖ ਪੁੰਜ, ਧਿਆਏ ਲਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚੰਚ। ਇੱਕ ਵਾਰੀ ਮੈਂ ਤੁਹਾਡੇ ਖਿਆਲ ਵਿੱਚ ਸਲੋਕ ਰੱਖਦੇ ਹਾਂ ਤਾਂ ਕਿ ਆਪਾਂ ਨੂੰ ਪਤਾ ਲੱਗ ਜਾਏ, ਸਾਰੀ ਵਿਆਖਿਆ ਸਮਝ ਵਿੱਚ ਆ ਜਾਏਗੀ। ਜੇ ਵਿਖਿਆ ਸਗਲੀ ਤਜੀ, ਵਿਖਿਆ ਮਾਇਆ ਨਹੀਂ ਹੈ, ਮਾਇਆ ਮਾਇਆ ਦੇ ਵੀ ਦੋ ਰੂਪ ਹੈ। ਜੇ ਮਾਇਆ ਕਮਾਉਣ ਦਾ ਢੰਗ ਵੀ ਠੀਕ ਹੈ, ਮਾਇਆ ਖਰਚਣ ਦਾ ਢੰਗ ਵੀ ਠੀਕ ਹੈ, ਤਾਂ ਯਾਦ ਰੱਖਿਓ ਇਹੋ ਮਾਇਆ ਰੱਬ ਨਾਲ ਵੀ ਜੋੜ ਸਕਦੀ ਹੈ, ਇਹੋ ਮਾਇਆ ਪਰਮੇਸ਼ਰ ਨਾਲ ਵੀ ਜੋੜ ਸਕਦੀ ਹੈ। ਮਾਇਆ ਦੇ ਨਾਲ ਪਰਉਪਕਾਰ ਕੀਤੇ ਜਾ ਸਕਦੇ ਨੇ, ਮਾਇਆ ਨਾਲ ਕਿਸੇ ਗਰੀਬ ਦੇ ਅਥਰੂ ਪੂੰਝੇ ਜਾ ਸਕਦੇ ਨੇ, ਮਾਇਆ ਨਾਲ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਜਿਹੜਾ ਸੱਚਾ ਸੌਦਾ ਕੀਤਾ ਸੀ ਉਹ ਮਾਇਆ ਨਾਲ ਹੀ ਤਾਂ ਕੀਤਾ ਸੀ, 20 ਰੁਪਈਏ ਲਾ ਕੇ, ਉਹ ਮਾਇਆ ਹੀ ਸੀ। ਗੱਲ ਤੇ ਸਿਰਫ ਮੈਂ ਕਮਾਉਂਦਾ ਕਿਵੇਂ ਤੇ ਮੈਂ ਖਰਚਦਾ ਕਿਵੇਂ, ਦੋ ਗੱਲਾਂ ਦਾ ਧਿਆਨ ਕਰਨਾ। ਗੁਰੂ ਦੋਨੇ ਸਾਨੂੰ ਸਮਝਾ ਰਹੇ ਨੇ, ਜ਼ਹਿਰ ਉਦੋਂ ਹੈ ਜਦੋਂ ਕਮਾਉਣ ਲੱਗਿਆਂ ਵੀ ਪਾਪ ਕਮਾ ਲਏ ਤੇ ਵਰਤਣ ਲੱਗਿਆਂ ਵੀ ਪਾਪ ਕਮਾ ਲਏ, ਉਦੋਂ ਜ਼ਹਿਰ ਬਣ ਜਾਣਾ ਨੇ। ਕਰ ਕਰ ਪਾਪ ਦਰਬ ਕੀਆ ਵਰਤਣ ਕੇ ਟਾਹੀ, ਮਾਟੀ ਸਿਓ ਮਾਟੀ ਰਲੀ ਨੰਗ ਉੱਠ ਜਾਈ, ਲੈਂਦਾ ਵੱਧ ਦਵਾਈ ਤੂੰ ਮਾਇਆ ਕਰੇ ਇਕੱਤ, ਜਿਸ ਨੂੰ ਤੂੰ ਪਤੀ ਆਏ ਦਾ ਸ਼ੋਸ਼ਣ ਤੁਝੇ ਅਨਿੱਤ। ਤੇ ਇਤਨੀ ਮਾਇਆ ਲੋਕਾਂ ਦੇ ਬੜੇ ਧੋਖੇ ਕਰ ਕਰਕੇ ਸੰਸਾਰ ਦੇ ਨਾਲ ਇਕੱਠੀ ਕਰ ਲਈ, ਕਹਿਣ ਲੱਗੇ ਫਿਰ ਵਰਤ ਵੀ ਨਾ ਸਕਿਆ, ਵਰਤ ਵੀ ਨਾ ਸਕਿਆ। ਬੜਾ ਪਿਆਰਾ ਬੱਚਨ ਹੈ ਭਾਈ ਗੁਰਦਾਸ ਜੀ ਦਾ। ਭਾਈ ਗੁਰਦਾਸ ਦੀ ਇੱਕ ਖੂਬੀ ਹੈ, ਉਹ ਸਾਡੀ ਦੁਨੀਆਂ 'ਚ ਵਰਤਣ ਵਾਲੀਆਂ ਕਈ ਉਦਾਹਰਨਾਂ ਦੇ ਕੇ ਫਿਰ ਅਧਿਆਤਮਿਕਤਾ ਨੂੰ ਸਮਝਾਉਂਦੇ ਨੇ। ਭਾਈ ਸਾਹਿਬ ਆਖਦੇ ਨੇ, ਕਹਿੰਦੇ ਮੈਂ ਮਨੁੱਖ ਦੀ ਹਾਲਤ ਵੇਖ ਕੇ ਹੈਰਾਨ ਹੁੰਦਾ, ਜਿਵੇਂ ਕਿ ਸ਼ਹਿਦ ਦੀ ਮੱਖੀ ਉਹ ਕਿੰਨੇ ਫੁੱਲਾਂ ਉੱਤੇ ਘੁੰਮ ਕੇ ਸ਼ਹਿਦ ਇਕੱਠਾ ਕਰਦੀ ਹੈ, ਅਤੇ ਜਦੋਂ ਸ਼ਹਿਦ ਦਾ ਛੱਤਾ ਭਰ ਜਾਂਦਾ ਕਹਿੰਦੀ ਉਦੋਂ ਸ਼ਹਿਦ ਦਾ ਮਾਲਕ ਸ਼ਹਿਦ ਲੈ ਜਾਂਦਾ, ਇਹਨੂੰ ਤਾਂ ਇਕੱਲੀ ਸਵਾਹ ਮਿਲਦੀ ਹੈ, ਇਹਨੂੰ ਤਾਂ ਧੂੰਆਂ ਮਿਲਦਾ, ਪਰ ਸੁੱਟ ਜਾਂਦੀ। ਦੂਜੀ ਉਦਾਹਰਨ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿਣ ਲੱਗੇ ਸਵੇਰ ਤੋਂ ਸ਼ਾਮ ਤੱਕ ਸਾਰੀ ਦਿਹਾੜੀ ਗਾਂ, ਕਦੇ ਇੱਧਰ ਖਰਾ ਘਾਹ ਵੇਖਦੀ ਉੱਠੇ ਜਾਂਦੀ, ਕਦੇ ਉੱਧਰ ਖਰਾ ਘਾਹ ਵੇਖਦੀ ਭੱਜ ਕੇ ਉੱਠੇ ਜਾਂਦੀ ਹੈ, ਕਈ ਵਾਰੀ ਮਾਰ ਵੀ ਖਾਂਦੀ ਹੈ, ਪਰ ਯਾਦ ਰੱਖਿਓ ਸ਼ਾਮ ਤੱਕ ਉਹ ਰੱਜ ਪੁੱਜ ਕੇ ਆਉਂਦੀ ਹੈ, ਇਹ ਭਾਵਨਾ ਲੈ ਕੇ ਆਉਂਦੀ ਹੈ ਹੁਣ ਮੇਰੇ ਕੋਲ ਦੁੱਧ ਹੋਵੇਗਾ ਤੇ ਮੈਂ ਆਪਣੇ ਬੱਚੇ ਨੂੰ ਪਿਆ ਦਿਆਂਗੀ, ਉਹਨੇ ਥੋੜੇ ਦਿਨ ਮੇਰੇ ਨਾਲ ਰਹਿਣਾ ਹੁੰਦਾ, ਫਿਰ ਪਤਾ ਨਹੀਂ ਕਿੱਥੇ ਚਲੇ ਜਾਣਾ ਉਹਨੇ, ਜਿੰਨੇ ਦਿਨ ਮੇਰੇ ਕੋਲ ਮੈਂ ਰੱਜ ਕੇ ਦੁੱਧ ਪਿਆ ਦਿਆਂ। ਕਹਿੰਦੇ ਹੁੰਦਾ ਕੀ ਹੈ, ਸ਼ਾਮ ਨੂੰ ਉਹਦਾ ਬੱਚਾ ਉਹਦੇ ਕੋਲ ਛੱਡਿਆ ਜਾਂਦਾ ਤੇ ਜਦੋਂ ਗਾਂ ਦੁੱਧ ਦੇਣ ਲਈ ਤਿਆਰ ਹੋ ਜਾਂਦੀ ਹੈ ਉਹ ਗਵਾਲਾ ਬੱਚੇ ਨੂੰ ਸਾਹਮਣੇ ਤੜਕਦਾ ਬੰਨ ਦਿੰਦਾ ਤੇ ਦੁੱਧ ਸਾਰਾ ਆਪ ਚੋ ਲੈ ਜਾਂਦਾ। ਕਹਿੰਦੇ ਹੈਰਾਨੀ ਦੀ ਗੱਲ ਹੈ, ਗਾਂ ਤਾਂ ਚਲੋ ਨਾ ਸਮਝੇ ਪਸ਼ੂ ਹੈ, ਉਹਦੇ ਨਾਲ ਇਹ ਰੋਜ਼ ਹੁੰਦਾ ਹੈ, ਹਰ ਰੋਜ਼ ਉਹਦੇ ਨਾਲ ਹੁੰਦਾ ਹੈ। ਸ਼ਹਿਦ ਦੀ ਮੱਖੀ ਨਾਲ ਵੀ ਰੋਜ਼ ਹੁੰਦਾ ਹੈ, ਗਾਂ ਨਾਲ ਵੀ ਰੋਜ਼ ਹੁੰਦਾ ਹੈ। ਤੀਜੀ ਉਦਾਹਰਣ, ਕਹਿੰਦੇ ਬੜੀ ਮਿਹਨਤ ਕਰਕੇ ਚੂਹਾ ਖੁੱਡ ਬਣਾਉਂਦਾ ਹੈ, ਆਪਣਾ ਘਰ ਬਣਾਉਂਦਾ ਹੈ, ਹੁੰਦਾ ਕੀ ਹੈ, ਸੱਪ ਆਉਂਦਾ ਹੈ, ਜਦੋਂ ਘਰ ਪੂਰਾ ਬਣ ਗਿਆ ਸੱਪ ਆਉਂਦਾ ਹੈ, ਉਹ ਆ ਕੇ ਕਬਜ਼ਾ ਕਰ ਲੈਂਦਾ ਹੈ, ਚੂਹੇ ਨੂੰ ਵੀ ਮਾਰ ਕੇ ਖਾ ਜਾਂਦਾ ਹੈ, ਉਹਦੇ ਘਰ ਨੂੰ ਵੀ ਸੰਭਾਲ ਲੈਂਦਾ। ਕਹਿੰਦੇ ਪੁੱਤ ਵੇ ਯਕੀਨ ਕਰਕੇ ਜਾਣੀ ਮੇਰੀ ਕਲਮ ਇਹ ਨਹੀਂ ਜਿਹੜੀ ਤੈਨੂੰ ਚੂਹੀਆਂ ਤੇ ਮੱਖੀਆਂ ਦੀਆਂ ਗੱਲਾਂ ਸੁਣਾਉਣ ਵਾਸਤੇ ਪ੍ਰੇਰਦੀ ਹੋਵੇ, ਮੇਰੀ ਕਲਮ ਉਹ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ, ਭਾਈ ਗੁਰਦਾਸ ਜੀ ਕਲਮ ਉਹ ਹੈ, ਇਹ ਮੱਖੀਆਂ ਤੇ ਚੂਹੀਆਂ ਦੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੈ।
पर कहने वे तेनू तां दसना तेरी जिंदगी ते रोज कुछ वापरदा है, असल विच मैं तेनू तेरी तस्वीर विखाउणी चाहुंदा उवें बंदिया तू करना है, उवें तू करना है। भाई गुरदास जी दे बोल ने, जैसे मधुमक्खी सिंच सिंच के एकत्र करे हरे मधु आई तक शार मुख डार के, जैसे बाशकेत बहु सिंच है कीर ताहे लेट है अहीर दोहे बच्चे ने बिडार के, जैसे तर खोद कर बिल साजे मूसा पैसे तो सरपत आए खाहे ताहे मार के, तैसे कोट पाप कर माया जोर जोर मूड़, ऐसे तरह करोड़ा पाप करके पता नहीं किन्निया का हक खा खा के किन्निया के बेईमाने करके कई इकट्ठा की रोटी चुक के ये बंदा अपने लिए धन इकट्ठा करता है। तैसे कोट पाप कर माया जोर जोर मूड़, अंत काल छाड़ चले दो कर झाड़ के आखर नूं दोए हथ झाड़ के दुनिया तो तुर जाता। माया मनो न विसरे, एक पल भी ना भुला सकिया। उस तो अगली ये पंक्तियां सी कि उन्होंने यकीन कर लेंदा, तिजर मूड़ ना थोड़ी दो जिजर आप कृपाल, शब्द अखुट बाबा नानका खाहे खर्च धन मान। नेक ढंग नाल माया कमा, रच के कमा, माया माड़ी नहीं, तेरा तरीका माड़ा है, कमाउण दा भी तरीका माड़ा है, खर्चण दा भी तरीका माड़ा है। कहिंदे देखो किड्डा वड्डा हंकार रखी बैठा, समझता नहीं है, समझता नहीं है। सतगुरु दा पावन वचन है, सिर ठंडो धर्म राई, मिठी कर कर बिखिया खाई, सिर दे उत्ते धर्म राई खड़ा है पाप, तेनू पता है भी मेरे नाल आखर नूं की होनी है, पता है इस गल दा। पर मिठी कर कर बिखिया खाए, मिठी कर करके जहर नूं खांदा है, पता है इनू इस गल दा, इह नहीं भी पता नहीं है। हजूर आखते ने कहते फिर जहर किवें खांदा, देखो कैसे बचन ने, हों बंदो हों सातो पैर, हमरी भूम कौन घालै पैर, कहण लगी किहदे च ताकत है मेरी जमीन ते पैर रख दे। ਇਹ ਹੰਕਾਰ ਆ ਜ਼ਹਿਰ ਬਣਗੇ, ਇਹ ਨਹੀਂ ਵੀ ਮਾਇਆ ਕੋਲੋਂ ਵਿੱਚ ਜ਼ਹਿਰ ਬਣ ਜਾਏ। ਸ਼ਿਵ ਨਾਮ ਰਾਜਾ ਹੈ, ਯਾਦ ਰੱਖਿਓ ਰਾਜ ਭਾਗ ਕਮਾਉਂਦਾ ਹੋਇਆ ਤੜਫ ਕਾਹਦੇ ਲਈ ਹੈ, ਰਿਹਾ ਵੀ ਕਦੇ ਗੁਰੂ ਨਾਨਕ ਸਾਹਿਬ ਆ ਜਾਏ, ਇਹ ਨਹੀਂ ਵੀ ਤੜਫ ਰਿਹਾ ਮੇਰਾ ਇੰਨਾ ਰਾਜ ਵੱਧ ਜਾਏ, ਮੈਨੂੰ ਇੰਨੀ ਧਨ ਦੌਲਤ ਹੋ ਜਾਏ, ਮੈਂ ਨਸ਼ੇ ਵੇਚ ਲਾਂ ਹੋਰ ਲੋਕਾਂ ਨੂੰ ਕਮਾ ਕੇ ਮਾਰ ਕੇ ਤੇ ਆਪਣੀ ਮਾਇਆ ਦੇ ਵਿੱਚ ਵਾਧਾ ਕਰ ਲਾਂ। ਕਮਾ ਰਾਜ ਰਿਹਾ, ਤੜਫ ਗੁਰੂ ਲਈ ਰਿਹਾ, ਇਹ ਸੀ ਜ਼ਿੰਦਗੀ। ਹੋਵੇ ਤਾਂ ਤੂੰ ਰਾਜਾ, ਪਰ ਤੈਨੂੰ ਪਿਆਰ ਰੱਬ ਨਾਲ ਹੋਵੇ। ਇੱਕ ਮਾਂਜਣ ਕਿਸੇ ਰਾਜੇ ਦੀ ਸੇਜਾ ਨੂੰ ਸ਼ਿੰਗਾਰਿਆ ਕਰਦੀ ਸੀ, ਉਹਨੇ ਹਰ ਰੋਜ਼ ਸੇਜਾ ਨੂੰ ਸ਼ਿੰਗਾਰਨਾ, ਕਿੰਨੇ ਸਾਰੇ ਫੁੱਲ ਉਹਨੇ ਮੰਗਵਾਉਣੇ ਤੇ ਉਹ ਸੇਜਾ ਨੂੰ ਸ਼ਿੰਗਾਰਨਾ। ਇੱਕ ਦਿਨ ਕਿਤੇ ਰਾਜਾ ਸ਼ਿਕਾਰ ਖੇਡਣ ਚਲਾ ਗਿਆ, ਮਾਨਣ ਦੇ ਮਨ ਵਿੱਚ ਆਈ ਕਿਉਂਕਿ ਗਰੀਬ ਹਮੇਸ਼ਾ ਹੋ ਕੇ ਪੜਦਾ ਹੈ, ਚੇਤੇ ਰੱਖਿਓ ਲੋਕਾਂ ਨੂੰ ਕੀਮਤੀ ਬਿਸਤਰੇ ਦੇਣ ਵਾਲਾ ਆਪ ਅਖਬਾਰ ਵਿਛਾ ਕੇ ਸੌਂਦਾ ਹੈ, ਲੋਕਾਂ ਨੂੰ ਕਈ ਤਰ੍ਹਾਂ ਦੇ ਪਦਾਰਥ ਦੇਣ ਵਾਲਾ ਆਪ ਆਚਾਰ ਨਾਲ ਖਾਂਦਾ ਹੈ, ਲੋਕਾਂ ਦੇ ਪਹਿਰੀ ਜੁੱਤੀ ਪਾਉਣ ਵਾਲਾ ਆਪ ਪੈਦਲ ਤੁਰਦਾ ਹੈ, ਉਹਦੀ ਪਹਿਰੀ ਜੁੱਤੀ ਨਹੀਂ ਹੁੰਦੀ। ਯਾਦ ਰੱਖਿਓ ਲੋਕਾਂ ਨੂੰ ਪਦੀਆਂ 'ਤੇ ਸੌਣ ਵਾਲਾ ਆਪ ਭੁੰਜੇ ਸੌਂ ਜਾਂਦਾ ਹੈ, ਲੋਕਾਂ ਨੂੰ ਆਲੀਸ਼ਾਨ ਮਕਾਨ ਦੇ ਕੇ ਬਣਾ ਕੇ ਦੇਣ ਵਾਲਾ ਆਪ ਝੁੱਗੀਆਂ 'ਚ ਰਹਿੰਦਾ ਹੈ। ਜਿਹਨੇ ਘਰ ਬਣਾਇਆ ਹੁੰਦਾ ਨਾ ਉਹ ਉਹਨਾਂ ਚ ਹੀ ਹੈ, ਜਿੰਨਾ ਚਿਰ ਘਰ ਬਣਦਾ ਨਹੀਂ, ਜਦੋਂ ਬਣ ਗਿਆ ਜੀ ਉਹਨੇ ਬਿੱਲ ਖੜਕਾਤੀ, ਉਹਨੂੰ ਹੱਕ ਨਹੀਂ ਉਹ ਅੰਦਰ ਪੈਰ ਪਾਏ, ਮਜ਼ਦੂਰ ਮੁੜ ਕੇ ਨਹੀਂ ਆ ਸਕਦਾ। ਇੱਕ ਵੱਖਰਾ ਪੱਖ ਹੈ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ। ਮਾਜਣ ਬੈਠੀ ਬੈਠੀ ਉਹਦੀ ਸੇਜਾ ਦੇ ਕੋਲ, ਜਦ ਤੱਕ ਰਾਜਾ ਨਹੀਂ ਆਉਂਦਾ ਉਹਦੀ ਜ਼ਿੰਮੇਵਾਰੀ ਹੁੰਦੀ ਸੀ, ਉਹਨੇ ਸੋਚਿਆ ਚਿੱਟੇ ਸ਼ਿਕਾਰ ਖੇਡਣ ਗਿਆ ਜਲਦੀ ਨਹੀਂ ਆਉਣਾ, ਮਨਾਂ ਤੋਂ ਕਦੀ ਸੋਚ ਫੁੱਲਾਂ ਦੀ ਸੇਜ ਤੇ ਰਾਜਾ ਕਿੰਨੇ ਆਨੰਦ ਨਾਲ ਸੁਣਦਾ ਹੋਵੇਗਾ, ਕਰਵਟ ਬਦਲਦਾ ਹੋਏਗਾ, ਖੁਸ਼ਬੂ ਆਉਂਦੀ ਹੋਏਗੀ ਦੂਜੇ ਪਾਸੇ, ਕਰਵਟ ਬਦਲਦਾ ਹੋਏਗਾ, ਫੁੱਲ 'ਤੇ ਕੋਈ ਚੁੱਭਦਾ ਵੀ ਨਹੀਂ ਹੋਣਾ।
मन विच सोचिया मन अज केड़ा कोई है अज तू पै के देख वो घड़ी पल फुलां दी सेज विछी हुई दे उत्ते पै गई अखां बंद कर करके सोचदी है जे कोई मैनू पुछे तू राज दे महल विच रहिंदी सी कोई पल अपनी सुखां भरी जिंदगी दी याद दस फिर मैं दसांगी वी एक दिन मैं फुलां दी सेज ते सुती सी अपने सुपनियां विच गुआची गुआची दी किते अख लग गई राजे नूं शिकार ना मिलिया वापस आ गया जदों घर आके देखिया मेरी सेजा दे उत्ते मालण सुती पई है चुकी सोटी ते मालण नूं रज के कुटिया बहुत कुटिया एक गल चेता रखियो विकार कोई भी होवे ना उहदा अंत पछतावा है विकार भावे कोई भी होवे काम होवे क्रोध होवे लोभ होवे मोह होवे हंकार होवे तृष्णा होवे द्वेष होवे हरेक विकार दा अंत पछतावा है रात नूं राजे नूं पछतावा होया वी जे पई गई सी तू समझा लैंदा तेरी मां वर्गी सी अगे नूं गलती ना करदी तू कुटिया इन्ना चल मार भी लईआं सोटियां तो मार लैंदा धरती ते डिगी किन्ने तरले करदी रही तेनूं तरस ना आया पछताउंदा नींद नहीं आई ते दूजे पासे वो मालण दे क्योंकि नेड़े ही सी बगीची मालण दी झुग्गी विचों कदे रोण की आवाज आउंदी कदे हसण की आवाज आउंदी सवेरे उठिया ते उहने मालण नूं बुलाया कहन लगे भी एक तो मैं समझना है जदों तू रोंदी सी ना मेरी जान निकलती सी ये तो मैं समझना मैं बहुत गलती करी तेनूं बहुत मारिया गुस्सा किसी होर गल दा सी तेरे ते उतर गया पर मैनूं इस गल की समझ नहीं लगी भी तू खिड़कड़ा के हसदी क्यों सी दुख ते मन्निया तेनूं दुख है तू रोंदी सी कहिंदी राजन तू फिर सजा देंगा कहिंदा मैनूं हुण नहीं कहिंदी रोंदी तां मैं तां सी भी जिहड़ियां थावां ते तू सोटी मारी है ना उत्थों चम लथ गया चमड़ी लथ गई मेरी धी ਉੱਥੇ ਕਰਮ ਕਰਕੇ ਤੇਲ ਲਾਉਂਦੀ ਸੀ ਚੀਸਾਂ ਪੈਂਦੀਆਂ ਸੀ ਜਲਾਹਟ ਹੁੰਦੀ ਸੀ ਜਲਨ ਹੁੰਦੀ ਸੀ ਨਹੀਂ ਸੀ ਬਰਦਾਸ਼ਤ ਹੁੰਦਾ ਰੋਂਦੀ ਸਾਂ ਹੱਸਦੀ ਕਿਉਂ ਸੀ ਕਹਿੰਦੀ ਹੱਸਦੀ ਤਾਂ ਸੀ ਵੀ ਰੱਬਾ ਜੇ ਫੁੱਲਾਂ ਦੀ ਸੇਜ ਤੇ ਸੌਣ ਦੇ ਇੰਨੇ ਥੋੜ੍ਹੇ ਜਿਹੇ ਸਮੇਂ ਦੇ ਸੌਣ ਦਾ ਵੀ ਏਡੀ ਵੱਡੀ ਸਜ਼ਾ ਹੈ ਤਾਂ ਜਿਹੜੇ ਰੋਜ਼ ਸੌਂਦੇ ਨੇ ਉਹਨਾਂ ਦਾ ਹੱਲ ਕੀ ਹੁੰਦਾ ਹੋਵੇਗਾ जे एक अज के जमाने कह लिए घंटा भी जे एक घंटा मैं फुलां च सुती होवांगी एडी वड्डी सजा है जेडे रोज सुनते ने उन्हां दा की हाल होगा हस्ती मैं तां सी रब्बा शुक्र है एक घंटा दिता तो मैं तो अपनी गरीबी च सुख है राजे दी अखां च पानी आ गया कहन लग्या मां तू अज अखां खोल दित्तियां हंकार ने कदे समझण ही नहीं दिता सच करके जाने हो हम बंधो हम साधो वैर हमरी कौम कौन काले पैर किदे च ताकत है मेरी धरती दे उत्ते पैर रख देवे कोई आ जहर है कबीर साहब ने एक बड़ा गजब दा वचन आखिया कबीर माया तजी तो क्या भया जो मान तजिया नहीं जाए मान मुनि मुनबर गले मान सबे को खाए पैसा तेरा जहर नहीं है पैसे के उत्ते रखिया हुआ हंकार जहर है वह लोगों कंचन माटी विच मन वंडद वह लोगों गरीबा अमीर च वंडद वो अपने मन में सोच सतगुरु बड़ी प्यारी विचार समझाते ने कहते जे बिकिया सगली तजी शब्द सगली ए नहीं भाई थोड़ी जी आप की करने भी चलो इच्छे नहीं बेईमाना कर दे इच्छे कर लेने इनू कि पता लगे सगली जीवन च एक बूंद भी हो ना सजना जहर दी ते उन्हें तेरी जिंदगी बर्बाद कर देनी है दो चार बूंदा ही होंदिया ने
ਜਿਹੜੀਆਂ ਸਾਰੇ ਦੁੱਧ ਨੂੰ ਵਿਗਾੜ ਦਿੰਦੀਆਂ ਨੇ। ਜੇ ਵਿਖਿਆ ਜ਼ਹਿਰ, ਵਿਕਾਰਾਂ ਦੀ ਜ਼ਹਿਰ, ਪਰ ਮਨੁੱਖ ਦਾ ਸੁਭਾਅ ਹੈ, ਵਿਖ ਪਲ ਮੀਠ ਲੱਗੇ ਮਨ ਬਹੁਰੇ, ਚਾਰ ਵਿਚਾਰ ਨਾ ਜਾਣੇ ਆ, ਗੁਣ ਤੇ ਪ੍ਰੀਤ ਬੜੀ ਅਨਭੰਤੀ, ਜਨਮ ਮਨ ਫਿਰਤਾ ਜਨਮ ਮਰਨ ਫਿਰਤਾਨੇ ਆ, ਤੈਨੂੰ ਇਹ ਲਾਜ ਨਹੀਂ ਆਉਂਦੀ, ਸ਼ੁਕਰ ਕੁਕਰ ਜੋਨ ਭਰਮੇ ਤਉ ਲਾਜ ਨਾ ਆਈ, ਆਰਾਮ ਨਾਮ ਛਾੜ ਅੰਮ੍ਰਿਤ ਕਾਹੇ ਵਿਖ ਖਾਈ, ਤੈਨੂੰ ਸ਼ਰਮ ਨਹੀਂ ਆਉਂਦੀ ਮਨਾ ਤੂੰ ਹੁਣ ਵੀ ਜ਼ਹਿਰ ਖਾਈ ਜਾਂਦਾ, ਕਿੰਨਾ ਭਟਕ ਕੇ ਤੂੰ ਹੈ। ਇਹਨੂੰ ਅੰਮ੍ਰਿਤ ਬਣਾ ਸਕਣਾ ਹੈ। ਗੁਰੂ ਕੋਲ ਆ ਕੇ ਅਰਦਾਸ ਕਰ, ਸਤਿਗੁਰੂ ਮੈਂ ਸੁਣਿਆ ਤੂੰ ਮੇਰ ਦੀ ਨਜ਼ਰ ਕਰੇ, ਜ਼ਿੰਦਗੀ ਦੇ ਵਿਕਾਰ ਜਿੰਨੇ ਨੇ ਜ਼ਹਿਰ ਬਣਾਉਣ ਵਾਲੇ, ਉਹਨਾਂ ਨੂੰ ਤੂੰ ਅੰਮ੍ਰਿਤ ਬਣਾ ਸਕਣਾ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਬ ਨੇ ਸੁਣਿਓ, ਵਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਇਓ ਹੋਇਓ ਲਾਲ, ਨਦਰ ਸਤਿਗੁਰ ਜਨ ਧਾਰੈ, ਪਾਹਣ ਮਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ਼੍ਰੀ ਖੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿਨਕੇ ਗਿਆ, ਹਰ ਗੁਰ ਚਰਨ ਜਿਨ ਪਸਿਆ, ਸੇ ਪਸ਼ ਪ੍ਰੇਤ ਸੁਰਨਰ ਭਇਆ, ਮਤ ਸੋਚੀ ਤੇਰਾ ਕਿਸੇ ਨੂੰ ਪਤਾ ਨਹੀਂ ਲੱਗਦਾ, ਮਨਾ ਹੀ ਗੱਲ ਚੇਤਾ ਰੱਖੀ, ਜੋ ਜੀ ਹੋਏ ਸੋ ਉਗਵੈ। ਮੂੰਹ ਤੋਂ ਤਾਂ ਤੂੰ ਬੜੀਆਂ ਸੋਹਣੀਆਂ ਗੱਲਾਂ ਕਰ ਸਕਣਾ ਮਨਾ, ਰੱਬ ਨੇ ਕੀਮਤ ਤੇਰੇ ਬੋਲਾਂ ਦੀ ਨਹੀਂ ਪਾਉਣੀ, ਤੇਰੀ ਨੀਅਤ ਦੀ ਪਾਉਣੀ ਹੈ। ਜੋ ਜੀ ਹੋਏ, ਜੰਮਣਾ ਉਹਨੇ ਹੈ ਜੋ ਤੇਰੇ ਜੀ ਵਿੱਚ ਹੈ, ਜੋ ਤੇਰੇ ਅੰਦਰ ਹੈ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਪਾਓ, ਮੂੰਹ ਦਾ ਕਹਿਆ ਤਾਂ ਹਵਾ ਵਾਂਗੂ ਲੰਘ ਜਾਣੇ ਦਾ ਕੋਈ ਅਸਰ ਨਹੀਂ। ਬੀਜੈ ਬਿਖ, ਬੀਜ ਦਾ ਦਹਿ, ਮੰਗੈ ਅੰਮ੍ਰਿਤ, ਵੇਖੋ ਇਹ ਨਿਯਮ। ਕਹਿੰਦਾ ਤੂੰ ਆਪੇ ਦੇਖੋ, ਜੀਵ ਕੁੱਤਕ ਹੈ, ਆਪੇ ਹਿੰਸਾ ਬਣਾਈ ਬੈਠਾ, ਬੀਜ ਦਾ ਜ਼ਹਿਰ ਹੈ। ਤੈਨੂੰ ਕਿੰਨੀ ਵਾਰੀ ਕਿਹਾ ਸੀ ਆਪੇ ਬੀਜ ਆਪੇ ਹੀ ਖਾ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਜ਼ਹਿਰ ਬੀਜਣ ਵਾਲਿਆ ਅੰਮ੍ਰਿਤ ਦੀ ਕਿਵੇਂ ਆਸ ਰੱਖੀ ਬੈਠਾ ਹੈ? ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਤਾਂ ਉਸ ਵੇਲੇ ਵਜ਼ੀਰ ਖਾਂ ਤਾਂ ਮਾਰਿਆ ਗਿਆ ਸੀ, ਚੱਪੜ ਚਿੜੀ ਚ ਮਾਰਿਆ ਗਿਆ ਹੈ, ਤੇ ਇਹਦਾ ਪੁੱਤ ਸੀ ਸਮੁੰਦ ਖਾਂ, ਉਹ ਤਾਂ ਦੌਲਤ ਲੈ ਕੇ ਭੱਜ ਗਿਆ ਦਿੱਲੀ ਨੂੰ। ਜਿਹੜਾ ਸੁੱਚਾ ਆਨੰਦ ਜਿਹਨੇ ਪਾਪੀ ਨੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਕਰਾਉਣ ਵਿੱਚ, ਯਾਦ ਰੱਖੋ ਕਿ ਹਵਾ ਅੱਗ ਲਾਉਂਦੀ ਨਹੀਂ, ਹਵਾ ਨਾਲ ਅੱਗ ਨਹੀਂ ਲੱਗਦੀ, ਹਵਾ ਅੱਗ ਲਾਉਂਦੀ ਨਹੀਂ ਪਰ ਹਵਾ ਲੱਗੀ ਹੋਈ ਅੱਗ ਨੂੰ ਬੁਝਣ ਨਹੀਂ ਦਿੰਦੀ। ਇਹ ਬੜਾ ਵੱਡਾ ਉਗਣ ਆਉਂਦਾ। ਅੱਗ ਸੁੱਚਾਨੰਦ ਨੇ ਨਹੀਂ ਲਾਈ ਪਰ ਸੁੱਚਾਨੰਦ ਨੇ ਅੱਗ ਬੁਝਣ ਨਹੀਂ ਦਿੱਤੀ, ਯਾਦ ਰੱਖਣ। ਜਦੋਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਦਾ ਮਨ ਬਦਲਦਾ ਸੀ ਨਾ, ਸੁੱਚਾਨੰਦ ਹਵਾ ਦੇ ਕੇ ਉਹਨੂੰ ਤੇਜ਼ ਕਰ ਦਿੰਦਾ ਸੀ। ਉਹ ਕਹਿੰਦਾ ਸੀ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ, ਇਹ ਸੱਪਾਂ ਦੇ ਪੁੱਤ ਨੇ, ਤੂੰ ਕਿਉਂ ਪਾਲਣ ਲੱਗਾ? ਖੈਰ, ਜਿਹੜੀ ਬੇਨਤੀ ਕਰਨ ਲੱਗਾ ਸਾਂ, ਹੁਣ ਜਦੋਂ ਸੁੱਚਾਨੰਦ ਚੱਪੜ ਚਿੜੀ ਤੋਂ ਉਹਨੇ ਦੇਖਿਆ ਵਜ਼ੀਰ ਖਾਂ ਤਾਂ ਮਰ ਗਿਆ, ਉਹ ਭੱਜ ਗਿਆ, ਉਹ ਭੱਜ ਕੇ ਜਾ ਕੇ ਸਰਹੰਦ ਆ ਗਿਆ, ਅਤੇ ਸਮੁੰਦ ਖਾਂ ਤਾਂ ਭੱਜ ਗਿਆ, ਵਜ਼ੀਰ ਖਾਂ ਦਾ ਪੁੱਤ ਤਾਂ ਭੱਜ ਗਿਆ, ਬਾਕੀ ਉਹ ਹੁਣ ਸਰਹੰਦ ਕਬਜ਼ੇ 'ਚ ਆ ਗਈ ਸਿੱਖਾਂ ਦੇ। ਸੁੱਚਾਨੰਦ ਦਾ ਵੀ ਪਤਾ ਲੱਗ ਗਿਆ ਵੀ ਇਹ ਆਪਣੇ ਘਰ ਹੀ ਹੈ। ਜਦ ਸੁੱਚਾਨੰਦ ਕੋਲ ਗਏ ਤੇ ਉਹ ਮਾਇਆ ਨੂੰ ਇਕੱਠੀ ਕਰ ਰਿਹਾ, ਕਦੇ ਭੱਜਿਆ ਫਿਰਦਾ, ਆਹ ਵੀ ਲੈ ਜਾਂ ਆਹ ਵੀ ਲੈ ਜਾਂ, ਛੱਡਣ ਨੂੰ ਜੀ ਨਹੀਂ ਕਰਦਾ, ਛੱਡਣ ਨੂੰ ਜੀ ਨਹੀਂ ਕਰਦਾ। ਜਦੋਂ ਛੱਡਣ ਲਈ ਔਖੀ ਹੋ ਗਈ ਉਹਦੇ ਲਈ, ਤੇ ਮਾਇਆ ਦੇ ਮਗਰੀ ਭਟਕਦਾ ਫਿਰ ਰਿਹਾ, ਪਤਾ ਵੀ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਛੱਡ ਸਕਿਆ, ਇੰਨੇ ਚਿਰ 'ਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੰਘਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ, ਪਕੜ ਲਿਆ। ਤੇ ਯਾਦ ਰੱਖਿਓ, ਜਿਸ ਮਾਇਆ ਦੀ ਖਾਤਰ ਪਾਪ ਕੀਤਾ ਸੀ ਨਾ, ਵਜ਼ੀਰ ਖਾਂ ਉਹ ਪਾਪੀ ਨੂੰ ਇਹਨੇ ਬਹੁਤ ਵੱਡੀ ਨਾਲ ਹਮਾਇਤ ਦਿੱਤੀ ਸੀ ਨਾ,
ਸਿੰਘਾਂ ਨੇ ਫਿਰ ਇਹਦੇ ਸਿਰਫ ਲੱਕ ਦੇ ਦੁਆਲੇ ਕੱਪੜਾ ਰਹਿਣ ਦਿੱਤਾ ਬਸ, ਬਾਕੀ ਸਰੀਰ ਤੇ ਕੋਈ ਕੱਪੜਾ ਨਹੀਂ, ਸਿਰਫ ਲੱਕ ਦੇ ਦੁਆਲੇ ਕੱਪੜਾ। ਔਰ ਇਹਦੇ ਨੱਕ 'ਚ ਨਕੇਲ ਪਾਈ, ਨੱਕ 'ਚ ਨਕੇਲ ਪਾ ਕੇ ਸਰਹੰਦ ਦੀਆਂ ਗਲੀਆਂ 'ਚੋਂ ਭੀਖ ਮੰਗਵਾਈ ਇਹਦੇ ਕੋਲੋਂ, ਤੇ ਸਾਰਿਆਂ ਨੂੰ ਹੁਕਮ ਸੀ ਵੀ ਇਹਨੂੰ ਕੌਡੀ ਤੋਂ ਵੱਧ ਭੀਖ ਨਹੀਂ ਕਿਸੇ ਨੇ ਦੇਣੀ। ਜਿਹੜਾ ਸੁੱਚਾ ਆਨੰਦ ਕੱਲ੍ਹ ਸੋਚਦਾ ਸੀ ਨਾ, ਜ਼ਹਿਰ ਜਿਹੜੀ ਉਹਨੇ ਬੀਜੀ ਸੀ ਨਾ ਕਿ ਉਹਨੂੰ ਵੱਢਣੀ ਪਈ, ਉਹਦੇ ਪਰਿਵਾਰ ਨੂੰ ਵੀ ਭੀਖ ਮੰਗਣੀ ਪਈ। ਸਿੰਘਾਂ ਨੇ ਗੱਲ ਦਰਸਾਈ, ਕਹਿਣ ਲੱਗੇ ਭਲਿਆ ਤੈਨੂੰ ਅੱਜ ਪਤਾ ਹੋਣਾ ਚਾਹੀਦਾ, ਕਹਿ ਆਪਣੀ ਮਾਇਆ ਨੂੰ। ਬਾਬਾ ਬੰਦਾ ਸਿੰਘ ਬਹਾਦਰ ਨੇ ਐਲਾਨ ਕਰ ਦਿੱਤਾ, ਉਹ ਸਰਹੰਦ ਵਾਸੀਓ ਲੈ ਜਾ, ਲੁੱਟ ਕੇ ਨੇ ਪਾਪ ਦੀ ਕਮਾਈ ਹੋਈ ਹੈ। ਪਿਆਰ ਵਾਲਿਓ, ਮੈਂ ਬੇਨਤੀ ਕਰਾਂ ਦੋ ਗੱਲਾਂ ਨੂੰ ਆਪਣੇ ਮਨ ਵਿੱਚ ਜ਼ਰੂਰ ਸੋਚਿਆ ਕਰੀਏ। ਆਪਾਂ ਆਸਾ ਕੀ ਵਾਰ ਚ ਰੋਜ਼ ਪੜ੍ਹਦੇ ਹਾਂ, ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਹਾਂ, ਅਤੇ ਇਹਦਾ ਬਚਨ ਉੱਤੇ ਯਕੀਨ ਵੀ ਨਹੀਂ ਕਰਦੇ ਵੀ ਜੇ ਮੈਂ ਮਾੜੇ ਢੰਗ ਨਾਲ ਮਾਇਆ ਕਮਾਵਾਂਗਾ ਤਾਂ ਕੱਲ੍ਹ ਉਹਨੇ ਜ਼ਹਿਰ ਬਣ ਜਾਣਾ ਹੈ, ਇਹ ਵੀ ਯਕੀਨ ਨਹੀਂ ਕਰਦੇ। ਇੱਕ ਪਾਸਾ ਕਰ ਲਿਆ ਜਾਂ ਤਾਂ ਬੇਯਕੀਨਾ ਹੀ ਹੋ ਜਾ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਭੂਮੀਏ ਨੂੰ ਕਿਹੜਾ ਯਕੀਨ ਸੀ, ਉਹ ਵੀ ਤਾਂ ਚੋਰੀਆਂ ਕਰਦਾ ਸੀ। ਸੱਜਣ ਨੂੰ ਕਿਹੜਾ ਯਕੀਨ ਸੀ, ਉਹ ਵੀ ਤਾਂ ਚੋਰੀਆਂ ਕਰਦਾ ਸੀ। ਪਰ ਜਿਸ ਦਿਨ ਗੁਰੂ ਮਿਲਿਆ ਉੱਧਰ ਨੇ ਸਗਲੀ ਤਜੀ, ਸਾਰਾ ਕੁਛ ਛੱਡ ਦਿੱਤਾ। ਜੇ ਵੇਖਿਆ ਸਗਲੀ ਤਜੀ, ਜਿਸ ਮਨੁੱਖ ਨੇ ਸਮੁੱਚੀ ਜ਼ਹਿਰ ਛੱਡ ਦਿੱਤੀ, ਜੀਵਨ ਦਾ ਭਾਂਡਾ ਧੋ ਲਿਆ, ਵੇਖ ਕਿਤੇ ਇੱਕ ਬੂੰਦ ਵੀ ਨਾ ਰਹਿ ਜਾਏ ਜੀਵਨ 'ਚ ਜ਼ਹਿਰ। ਲੀਓ ਭੇਖ ਪੈ ਰਾਗ, ਭੇਖ ਕਿਹੜਾ? ਮੈਂ ਪਹਿਲਾਂ ਜ਼ਿਕਰ ਕੀਤਾ ਵੀ ਅਸੀਂ ਤਬਦੀਲੀ, ਧਰਮ ਨੇ ਤਬਦੀਲੀ ਕਰਨੀ ਸੀ, ਪਰ ਅਸੀਂ ਬਾਹਰੋਂ ਹੀ ਤਬਦੀਲੀ ਕਰ ਲਈ। ਮੈਂ ਕੱਪੜੇ ਪਾ ਲਏ ਵਜੇ ਸਫੇਦ, ਬੜੇ ਵਧੀਆ ਗਿਆਨੀ ਵਾਲੇ, ਹੋਰਾਂ ਨਾਲੋਂ ਡੇਢ ਮੀਟਰ ਦੋ ਮੀਟਰ ਵਾਧੂ ਕੱਪੜਾ ਲੱਗਦਾ ਮੇਰੇ ਕੱਪੜਿਆਂ ਨੂੰ, ਪਰ ਲੋਕ ਹੀ ਪ੍ਰਭਾਵਿਤ ਨੇ ਇਹਨਾਂ ਕੱਪੜਿਆਂ ਨਾਲ। ਗੁਰੂ ਨਹੀਂ ਪ੍ਰਭਾਵਿਤ ਹੋਣਾ, ਮਨਾ ਇਹਨਾਂ ਗੁਰੂ ਨਹੀਂ ਪ੍ਰਭਾਵਿਤ ਹੋਣਾ। ਗੁਰੂ ਤਾਂ ਪ੍ਰਭਾਵਿਤ ਹੋਏਗਾ। ਲੀਓ ਭੇਖ ਬੈਰਾਗ, ਬੈਰਾਗ ਦਾ ਭੇਖ ਕਰ, ਆਪਣੇ ਜੀਵਨ ਵਿੱਚ ਉਪਰਾਮਤਾ ਪੈਦਾ ਕਰ, ਉਪਰਾਮਤਾ। ਦੱਸ ਕਈ ਵਾਰੀ ਅਰਜ਼ ਕਰਦਾ, ਉਹ ਗੁਰੂ ਕਲਗੀ ਵਾਲਿਆ, ਅਸੀਂ ਕੋਈ ਚੀਜ਼ ਛੱਡੀਏ, ਘਰ ਨੂੰ ਛੱਡ ਕੇ ਆਈਏ, ਤੁਸੀਂ ਏਅਰਪੋਰਟਾਂ 'ਤੇ ਬਹੁਤ ਵਾਰੀ ਦੇਖਿਆ ਹੋਵੇਗਾ, ਆਪਣੇ ਪਰਿਵਾਰ ਨੂੰ ਬੜੀ ਦੂਰ ਤੱਕ ਹੱਥ ਲਾਉਂਦੇ ਰਹਿੰਦੇ ਹੈ, ਜਦ ਤੱਕ ਸਾਨੂੰ ਦਿਸਣਾ ਬੰਦ ਨਹੀਂ ਹੁੰਦਾ, ਜਦ ਤੱਕ ਨਹੀਂ ਹਟਦੇ, ਕਿਉਂਕਿ ਸਾਡੇ ਕੋਲ ਛੱਡਿਆ ਨਹੀਂ ਜਾਂਦਾ। ਜਿੱਧਰ ਤੂੰ ਅਨੰਦਪੁਰ ਸਾਹਿਬ ਛੱਡਿਆ, ਤੇਰੇ ਬਾਪੂ ਦਾ ਵਸਾਇਆ ਨਗਰ ਸੀ, ਤੇਰੀ ਸਿੰਘਣੀ, ਤੇਰੀ ਘਰਵਾਲੀ ਮਾਤਾ ਜੀਤਾਂ ਦਾ ਸਥਾਨ ਸੀ, ਤੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸੀ, ਟੁੱਟੋ ਪੰਜ ਪਿਆਰੇ ਪੈਦਾ ਕੀਤੇ ਸਨ, ਤੇਰੇ ਤਿੰਨ ਪੁੱਤਾਂ ਦਾ ਜਨਮ ਹੋਇਆ ਸੀ, ਤੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ ਸੀ, ਤੂੰ ਫਤਿਹ ਦਿੱਤੀ ਸੀ ਸਿੱਖਾਂ ਨੂੰ, ਤੂੰ ਉੱਤੇ ਆਪੇ ਗੁਰਚੇਲੇ ਦੀ ਗੱਲ ਪਾਈ ਸੀ, ਤੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਪਹੁੰਚ ਦੀ ਗੱਲ ਕੀਤੀ ਸੀ, ਇੰਨੀਆਂ ਯਾਦਾਂ ਤੇਰੀਆਂ ਉੱਥੇ ਵਸੀਆਂ ਹੋਣ, ਤੇਰਾ ਬਚਪਨ ਉੱਥੇ ਬੀਤਿਆ ਹੋਵੇ, ਤੇਰੇ ਪੁੱਤਾਂ ਦਾ ਬਚਪਨ ਬੀਤਿਆ ਹੋਵੇ, ਤੂੰ ਛੱਡਣ ਲੱਗਿਆ ਇੱਕ ਵਾਰੀ ਵੀ ਪਿੱਛੇ ਮੁੜ ਕੇ ਨਾ ਵੇਖੇ, ਨੰਦ ਵੀ ਪੁਰੀਏ, ਮੈਂ ਅੱਜ ਤੈਨੂੰ ਛੱਡ ਚੱਲਿਆ। ਉਪਰਾਮਤਾ, ਕਦੇ ਉਹਨੂੰ ਹੌਂਕਾ ਭਰਦੇ ਨਹੀਂ ਦੇਖੋਗੇ ਗੁਰੂ ਨੂੰ ਭਈ ਹਾਏ ਮੇਰਾ ਅਨੰਦਪੁਰ ਸਾਹਿਬ ਚਲਾ ਗਿਆ, ਕਿਤੇ ਵੀ ਨਹੀਂ। ਸਮੁੱਚੇ ਜੀਵਨ 'ਚ ਕਿਤੇ ਤੜਫਦੇ ਨੂੰ ਨਹੀਂ ਵੇਖੋਗੇ। ਇਹ ਹੈ ਲੀਓ ਭੇਖ ਬੈਰਾਗ। ਕਹੋ ਨਾਨਕ ਸੁਣ ਲੇ ਮਨਾ, ਤੇ ਨਰ ਮਾਥੇ ਭਾਗ। ਉਹ ਮਨੁੱਖ ਦੇ ਮੱਥੇ ਦੇ ਭਾਗ ਚੰਗੇ ਨੇ ਜਿਹੜਾ ਰਹਿੰਦਾ ਮਾਇਆ ਵਿੱਚ ਹੈ ਪਰ ਮਾਇਆ ਦੇ ਦਾਗ ਨਹੀਂ ਲੱਗਣ ਦਿੰਦਾ, ਰਹਿੰਦਾ ਮਾਇਆ ਵਿੱਚ ਹੈ ਪਰ ਮਾਇਆ ਦੀ ਖਾਤਰ ਪਾਪ ਨਹੀਂ ਕਰਦਾ, ਰਹਿੰਦਾ ਮਾਇਆ ਵਿੱਚ ਹੈ ਪਰ ਮਾਇਆ ਨੂੰ ਗਲਤ ਪਾਸੇ ਨਹੀਂ ਖਰਚਦਾ। ਇਹ ਨਹੀਂ ਵੀ ਮੇਰੇ ਕੋਲ ਪੈਸਾ ਹੈ, ਮੈਂ ਕਿਸੇ ਦੀ ਧੀ ਉਹਦੀ ਪੱਤ ਲੁੱਟ ਕੇ ਉਹਦੀ ਜ਼ੁਬਾਨ ਵੱਢਦੇ ਹਾਂ ਅਤੇ ਉਹਦੀ ਰੀੜ੍ਹ ਦੀ ਹੱਡੀ ਤੋੜਦੇ ਹਾਂ, ਫਿਰ ਉਹਦੇ ਪੱਖ ਵਿੱਚ ਵੀ ਕਿਸੇ ਨੂੰ ਖਲੋਣ ਨਾ ਦਿਆਂ। ਇਹ ਵਾਲੇ ਪਾਪ ਉਹ ਧਨੀ ਪੁਰਖ ਨਹੀਂ ਕਰਦਾ ਜਿਹਦੇ 'ਤੇ ਗੁਰੂ ਦੀ ਮਿਹਰ ਹੋਵੇ, ਜਿਹਦੇ 'ਤੇ ਮਾਲਕ ਦੀ ਮਿਹਰ ਹੋਵੇ। ਉਹ ਪੈਸਾ ਖਰਚਦਾ
पर करतार पुरब सौंदा है, वह पैसा खर्चदा है, वह लंगर लाउंदा है, पैसा खर्चदा है, किसी गरीब के अथरू मूंजदा है। लियो पेख बैराग कौ नानक सुन रे मन ते नर मठे पाक। उल्लां दी खिमा प्यार रखो। वाहिगुरु जी का खालसा वाहिगुरु जी।